ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਰਲ ਨੋਲੇਜ ਵਿਲਾ ਉੱਪਰ ਬਹੁਤ ਸਵਾਗਤ ਹੈ ਤਾਂ ਦੋਸਤੋ ਪੰਜਾਬ ਸਰਕਾਰ ਵੱਲੋਂ ਭਰਤੀਆਂ ਦਾ ਜਿਹੜਾ ਪਟਾਰਾ ਖੋਲ ਦਿੱਤਾ ਗਿਆ ਹੈ ਤੇ ਜਿਹੜੇ ਵੀ ਕੈਂਡੀਡੇਟਸ ਵੱਖ-ਵੱਖ ਭਰਤੀਆਂ ਦੀਆਂ ਤਿਆਰੀਆਂ ਕਰ ਰਹੇ ਸੀ ਉਹਨਾਂ ਲਈ ਅੱਜ 21 ਫਰਵਰੀ ਨੂੰ ਬਹੁਤ ਹੀ ਵੱਡੀ ਖੁਸ਼ਖਬਰੀ ਆਈ ਹੈ ਤਾਂ ਦੋਸਤੋ ਅੱਜ 21 ਫਰਵਰੀ ਨੂੰ ਦੋ ਜਿਹੜੀਆਂ ਵੱਡੀਆਂ ਭਰਤੀਆਂ ਅਨਾਉਂਸ ਕਰ ਦਿੱਤੀਆਂ ਗਈਆਂ ਹਨ ਪਹਿਲੇ ਨੰਬਰ ਤੇ ਪੀਐਸਪੀਸੀਲ ਦੇ ਵਿੱਚ ਜੋ ਕਲਰਕ ਜਈ ਅਸਿਸਟੈਂਟ ਲਾਈਨਮੈਨ ਅਤੇ ਹੋਰਨਾ ਜੋ 2632 ਦੇ ਕਰੀਬ ਜਿਹੜੀਆਂ ਪੋਸਟਾਂ ਕੱਢੀਆਂ ਗਈਆਂ ਹਨ ਇਹਨਾਂ ਦੀ ਖਬਰ ਜਿਹੜੀ ਹੈ ਉਹ ਤੁਹਾਨੂੰ ਮਿਲ ਹੀ ਚੁੱਕੀ ਹੋਵੇਗੀ ਅਤੇ ਹੁਣ ਜਿਹੜੀ ਗੱਲ ਕਰੀਏ ਦੂਸਰੇ ਨੰਬਰ ਤੇ ਅੱਜ ਜਿਹੜੀ ਪੋਸਟ ਕੱਢੀ ਗਈ ਹੈ ਪੋਸਟਾਂ ਕੱਢੀਆਂ ਗਈਆਂ ਹਨ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਲਿਮਟਿਡ ਦੇ ਵਿੱਚ ਜੋ ਇਹ ਜਿਹੜੀਆਂ ਪੋਸਟਾਂ ਕੱਢੀਆਂ ਗਈਆਂ ਨੇ ਤੇ ਮੈਂ ਤੁਹਾਨੂੰ ਇਸ ਸੰਬੰਧੀ ਪੂਰੀ ਜਾਣਕਾਰੀ ਦਵਾਂਗਾ ਪੀਐਸਪੀਸੀਐਲ ਦੀਆਂ ਜਿਹੜੀਆਂ ਪੋਸਟਾਂ ਸੰਬੰਧੀ ਜਾਣਕਾਰੀ ਮੈਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਦੇ ਚੁੱਕਿਆ ਹਾਂ ਅੱਜ ਹੀ ਸਵੇਰੇ ਮੈਂ ਅਪਲੋਡ ਕੀਤੀ ਹੈ ਵੀਡੀਓ ਤੇ ਤੁਸੀਂ ਉਸ ਵੀਡੀਓ ਨੂੰ ਤੁਸੀਂ ਦੇਖ ਲੈਣਾ ਹੈ ਉਹਨਾਂ ਜਿਹੜੀਆਂ ਵੈਕੈਂਸੀਜ਼ ਬਾਰੇ ਜਾਣਕਾਰੀ ਲੈਣ ਦੇ ਲਈ ਤਾਂ ਦੋਸਤੋ ਮੈਂ ਇਸ ਸੰਬੰਧੀ ਤੁਹਾਨੂੰ ਪੂਰੀ ਜਾਣਕਾਰੀ ਦਵਾਂ ਪਰ ਇਸ ਤੋਂ ਪਹਿਲਾਂ ਮੈਂ ਚਾਹਣਾ ਹੈ ਕਿ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਪਲੀਜ਼ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਦੀ ਨਾਲ ਬੈਲ ਆਈਕਨ ਦਬੋ ਤਾਂ ਕਿ ਆਉਣ ਵਾਲੀ ਹਰ ਇੱਕ ਜੋ ਬਾਰੇ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਅਤੇ ਟਾਈਮ ਟੂ ਟਾਈਮ ਮਿਲ ਸਕੇ ਤਾਂ ਦੋਸਤੋ ਅੱਜ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਲਿਮਿਟਿਡ ਦੇ ਵਿੱਚ ਵੀ ਜਿਹੜੀਆਂ ਪੋਸਟਾਂ ਕੱਢੀਆਂ ਗਈਆਂ ਹਨ ਇਹ ਇਸ਼ਤਿਹਾਰ ਨੰਬਰ 1/2021 ਰਾਹੀਂ ਜਿਹੜੀਆਂ ਪੋਸਟਾਂ ਕੱਢੀਆਂ ਗਈਆਂ ਹਨ ਤੇ ਵੈਕੈਂਸੀਜ਼ ਦਾ ਜੋ ਪੋਸਟਾਂ ਇਸ ਪ੍ਰਕਾਰ ਨੇ ਕਿ ਕੰਪਨੀ ਸਖਤਰ ਦੀ ਪੋਸਟ ਇੱਕ ਪੋਸਟ ਹੈ ਜੀ ਟੂ ਬੈਲ ਆਪਰੇਟਰ ਦੀਆਂ 253 ਪੋਸਟਾਂ ਨੇ ਤੇ ਇਲੈਕਟ੍ਰੀਸ਼ੀਅਨ ਦੀਆਂ 8 ਪੋਸਟਾਂ ਨੇ ਜਾਨਕਿ ਕੁੱਲ 262 ਅਸਾਮੀਆਂ ਜਿਹੜੀਆਂ ਕੱਢੀਆਂ ਗਈਆਂ ਹਨ ਤੇ ਸਿੱਧੀ ਭਰਤੀ ਰਾਹੀਂ ਇਹ ਜਿਹੜੀਆਂ ਅਸਾਮੀਆਂ ਜਿਹੜੀਆਂ ਭਰੀਆਂ ਜਾਣਗੀਆਂ ਤੇ ਤੁਹਾਨੂੰ ਮੈਂ ਦੱਸ ਦਵਾਂ ਕਿ ਇਨਾਂ ਲਈ ਜੋ ਆਨਲਾਈਨ ਫਾਰਮ 22 2021 ਤੋਂ ਸਟਾਰਟ ਹੋ ਜਾਣਗੇ ਅਤੇ ਜਿਹੜੀ ਅੰਤਿਮ ਮਿਤੀ ਹੈ ਜੀ 14/3/2021 ਸ਼ਾਮ 5 ਵਜੇ ਤੱਕ ਜਿਹੜੇ ਆਨਲਾਈਨ ਜਿਹੜੇ ਫਾਰਮ ਭਰੇ ਜਾਣਗੇ ਤਾਂ ਦੋਸਤੋ ਇਹਨਾਂ ਦੀ ਜਿਹੜੀ ਵਿਸਤਾਰਪੂਰਵਕ ਜਾਣਕਾਰੀ ਹੈ ਠੀਕ ਹੈ ਜੀ ਤੁਸੀਂ ਇਹਨਾਂ ਦੇ ਜਿਹੜੀ ਆਫੀਸ਼ੀਅਲ ਵੈਬਸਾਈਟ ਹੈ pwrmdc.punjab.gov.in ਤੇ ਜਾ ਕੇ ਲੈ ਲੈਣੀ ਹੈ ਅਤੇ ਜੇਕਰ ਜਦੋਂ ਵੀ ਇਸ ਦਾ ਜੋ ਡਿਟੇਲ ਨੋਟੀਫਿਕੇਸ਼ਨ ਆਉਂਦਾ ਹੈ ਤੇ ਤੁਹਾਨੂੰ ਅਸੀਂ ਆਪਣੇ ਚੈਨਲ ਤੇ ਵੀ ਜਾਣੂ ਕਰਵਾਵਾਂਗੇ ਇਸ ਡਿਟੇਲ ਨੋਟੀਫਿਕੇਸ਼ਨ ਬਾਰੇ ਕਿ ਕਿਹੜੀਆਂ-ਕਿਹੜੀਆਂ ਸ਼ਰਤਾਂ ਕਿਹੜੀ ਕੁਆਲਿਫਿਕੇਸ਼ਨ ਏਜ ਫੀਸ ਵਗੈਰਾ ਕੀ ਰੱਖੀ ਹੈ ਤਾਂ ਦੋਸਤੋ ਇੱਥੇ ਗੱਲ ਇਹ ਹੈ ਕਿ ਹੁਣ ਜਿਹੜੇ ਕੈਂਡੀਡੇਟਸ ਪਹਿਲਾਂ ਤੋਂ ਸਾਲ 2 ਸਾਲ 3 ਸਾਲ ਤੋਂ ਜਿਹੜੀਆਂ ਪੇਪਰਾਂ ਦੀ ਤਿਆਰੀ ਕਰ ਰਿਆ ਸੀ ਉਹਨਾਂ ਲਈ ਅੱਜ ਬਹੁਤ ਵੱਡੀ ਖੁਸ਼ਖਬਰੀ ਹੈ ਪਟਵਾਰੀਆਂ ਦੀਆਂ ਜਿਹੜੀਆਂ ਪੋਸਟਾਂ ਜਿਹੜੀਆਂ ਪਹਿਲਾਂ ਹੀ ਕੱਢ ਦਿੱਤੀਆਂ ਗਈਆਂ ਨੇ ਉਹਨਾਂ ਦੀ ਅਨਾਉਂਸਮੈਂਟ ਪਹਿਲਾਂ ਹੀ ਹੋ ਚੁੱਕੀ ਸੀ ਤੇ ਬਹੁਤ ਧਿਆਨਸ ਨੇ ਉਹ ਪੋਸਟ ਫਿਲ ਵੀ ਕਰ ਦਿੱਤੀ ਹੈ ਤੇ ਹੁਣ ਤੁਸੀਂ ਆਪਣੀ ਜਿਹੜੀ ਤਿਆਰੀ ਹੈ ਪੂਰੀ ਰੱਖਣੀ ਹੈ ਤੇ ਨਾਲ ਮੈਂ ਗੱਲ ਕਰਨਾ ਚਾਹੁੰਦਾ ਵਾਰਡ ਅਟੈਂਡੈਂਟ ਦੀ ਤੇ ਦੋਸਤੋ ਉਸ ਦਾ ਪੇਪਰ ਵੀ ਬਹੁਤ ਜਲਦ ਆਉਣ ਦੀ ਉਮੀਦ ਹੈ ਕਿਉਂਕਿ ਪਹਿਲਾਂ ਦੇਖੋ ਜੀ ਇਲੈਕਸ਼ਨ ਫੋਨ ਕਰਕੇ ਜਿਹੜਾ ਇਲੈਕਸ਼ਨ ਕੋਡ ਚੋਣ ਜਾਬਤਾ ਲੱਗਾ ਹੋਇਆ ਸੀ 20 ਤਰੀਕ ਤੱਕ ਅੱਜ 21 ਤਰੀਕ ਜਦੋਂ 21 ਤਰੀਕ ਹੋਈ ਹੈ ਨਾਲ ਹੀ ਦੇਖੋ ਜਿਹੜੀ ਨੋਟੀਫਿਕੇਸ਼ਨ ਆਉਣੇ ਸ਼ੁਰੂ ਹੋ ਗਏ ਨੇ ਤੇ ਤੁਸੀਂ ਹੁਣ ਆਪਣੀ ਪਟਵਾਰੀ ਦੀ ਵਾਰਡ اٹੈਂਡੈਂਟ ਦੀ ਤੇ ਇਹਨਾਂ ਸਾਰਿਆਂ ਦੀ ਭਰਤੀਆਂ ਦੀ ਜਿਹੜੀ ਤਿਆਰੀ ਨਾਲ ਹੀ ਰੱਖਣੀ ਹੈ ਰਿਟਨ ਇਗਜ਼ਾਮ ਦੀ ਅਤੇ ਇੱਥੇ ਮੈਂ ਗੱਲ ਕਰਦਾ ਹਾਂ ਪੰਜਾਬ ਪੁਲਿਸ ਦੀ ਤੁਸੀਂ ਆਪਣੀ ਜਿਹੜੀ ਫਿਜ਼ੀਕਲ ਦੀ ਤਿਆਰੀ ਵੀ ਰੱਖਣੀ ਹੈ ਜਿਹੜੀਆਂ ਰੇਸ ਵਗੈਰਾ ਜੰਪ ਵਗੈਰਾ ਤੁਸੀਂ ਇਹਨਾਂ ਦੀ ਵੀ ਪੂਰੀ ਪ੍ਰੈਕਟਿਸ ਕਰਨੀ ਹੈ ਕਦੋਂ ਵੀ ਇਸ ਦਾ ਜੋ ਨੋਟੀਫਿਕੇਸ਼ਨ ਆਊਟ ਹੋ ਸਕਦਾ ਹੈ ਫਰਵਰੀ ਦੇ ਲਾਸਟ ਜਾਂ ਮਾਰਚ ਦੇ ਸ਼ੁਰੂ ਦੇ ਵਿੱਚ ਜਾਂ ਮਾਰਚ ਦੇ ਲਾਸਟ ਵਿੱਚ ਜਿਹੜਾ ਇਸ ਦਾ ਜਿਹੜਾ ਨੋਟੀਫਿਕੇਸ਼ਨ ਆਨ ਦੀ ਪੂਰੀ ਸੰਭਾਵਨਾ ਹੈ ਕਿ ਪੰਜਾਬ ਪੁਲਿਸ ਦੀ ਰਿਕਰੂਟਮੈਂਟ ਵੀ ਜਲਦ ਹੀ ਆ ਜਾਵੇਗੀ ਤਾਂ ਦੋਸਤੋ اے ਸੀ 21 ਫਰਵਰੀ ਨੂੰ ਅੱਜ ਪੰਜਾਬ ਜਲ ਸਰੋਵਰ ਬੰਧਨ ਅਤੇ ਵਿਕਾਸ ਨਿਗਮ ਲਿਮਟਿਡ ਦੇ ਵਿੱਚ ਆਈਆਂ ਭਰਤੀਆਂ ਬਾਰੇ ਜਾਣਕਾਰੀ ਅਤੇ ਹੋਰ ਨਾ ਜੋਬਸ ਦੀ ਜਾਣਕਾਰੀ ਲਈ ਤੁਸੀਂ ਸਾਡੇ ਇਸ ਚੈਨਲ ਨਾਲ ਲਗਾਤਾਰ ਜੁੜੇ ਰਹੋ ਅਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ